ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਜਗਮੋਹਨ ਸ਼ਾਹ, ਮੈਂ ਪਿੰਡ ਰਾਏਸਰ ਪਟਿਆਲਾ ਜ਼ਿਲ੍ਹਾ ਬਰਨਾਲਾ ਤੋਂ ਜਰਨਲ ਸੀਟ ਤੋਂ ਸਰਪੰਚੀ ਦਾ ਉਮੀਦਵਾਰ ਹਾਂ ਅਤੇ ਅੱਜ ਕਾਗਜ਼ ਭਰਨ ਦੇ ਲਈ ਬਲਾਕ ਮਹਿਲ ਕਲਾਂ ਵਿੱਚ ਆਇਆ ਹਾਂ। ਜਿੰਨੇ ਮੇਰੇ ਸਾਥੀ ਆਏ ਆ, ਜਿਹੜੇ ਮੇਰੇ ਪਿੰਡ ਦੇ ਆਏ, ਉਹਨਾਂ ਦਾ ਵੀ ਧੰਨਵਾਦ ਆ ਅਤੇ ਬਾਕੀ ਤੁਹਾਡਾ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਆ। ਸਾਡੇ ਵੱਡੇ ਵੀਰ ਅਜੇ ਟੱਲੇਵਾਲ, ਜਨਤਾ ਦੀ ਆਵਾਜ਼, ਇਹ ਅੱਜ ਕਵਰੇਜ ਕਰ ਰਹੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਤੁਸੀਂ ਸਰਪੰਚੀ ਚੋਣ ਲੜ ਲੱਗੇ ਹੋ ਤਾਂ ਕਿਹੜੇ ਕਿਹੜੇ ਮੁੱਦਿਆਂ ਧਿਆਨ 'ਚ ਰੱਖਿਆ ਤੁਸੀਂ? ਦੇਖੋ ਜੀ, ਸਭ ਤੋਂ ਵੱਡਾ ਤਾਂ ਮੁੱਦਾ ਇਸ ਵਾਰੀ ਸਰਪੰਚੀ ਦੇ ਵਿੱਚ ਅਸੀਂ ਥੋੜ੍ਹੇ ਚੇਂਜ ਲਿਆਂਦੀ ਆ, ਕਿਉਂਕਿ ਲੰਮੇ ਸਮੇਂ ਤੋਂ ਦੇਖਦਾ ਸਰਪੰਚੀ ਦੇ ਵਿੱਚ ਉਮੀਦਵਾਰ ਜ਼ਿਆਦਾਤਰ ਦਾਰੂ ਦਾ ਸੇਵਨ ਕਰਦੇ ਆ, ਸਟਾਲਾਂ ਲਾਈਆਂ, ਵੱਡੇ ਵੱਡੇ ਟੈਂਟ, ਖਰਚਾ ਵੀ ਜ਼ਿਆਦਾ ਕਰਦੇ ਆ, ਹੈ ਨਾ ਜੀ। ਆਪਾਂ ਇਸ ਵਾਰੀ ਨਵੇਕਲਾ ਕੰਮ ਕਰਨ ਲੱਗੇ ਹਾਂ ਵੀ ਮੈਂ ਬਿਨਾਂ ਨਸ਼ੇ ਤੋਂ ਨਾ ਕਿਸੇ ਨੂੰ ਦਾਰੂ ਪਿਆਉਣੀ ਆ, ਨਾ ਹੀ ਦਾਰੂ ਪਿਆਉਣ ਵਾਲੇ ਦੇ ਨਾਲ ਤੁਰਨਾ, ਠੀਕ ਆ ਜੀ। ਸਾਰੇ ਮੁੰਡਿਆਂ ਨੂੰ, ਪਿੰਡ ਦਿਆਂ ਨੂੰ, ਮੈਂ ਨੌਜਵਾਨਾਂ ਨੂੰ ਇਹੀ ਕਿਹਾ ਵੀ ਜਿਹੜਾ ਕੰਮ ਆ ਤੁਸੀਂ, ਉਹ ਜਾਇਜ਼ ਕੰਮ ਮੈਂ ਤੁਹਾਡੇ ਨਾਲ ਜਾ ਕੇ ਆਪ ਕਰਵਾਊਂਗਾ, ਕਿਉਂਕਿ ਜਿਹੜਾ ਸਮਾਂ ਤੁਸੀਂ ਮੇਰਾ ਉੱਥੇ ਵੇਸਟ ਕਰਾ ਦਿਓ, ਜਿਹੜਾ ਤੁਹਾਡਾ ਕੰਮ ਵੀ ਹੋ ਜੇ ਅਤੇ ਮੈਂ ਵੀ ਕਹਿਣ ਜੋਗਾ ਹਾਂ ਵੀ ਇਹਦਾ ਕੰਮ ਹੋ ਗਿਆ। ਕਿਉਂਕਿ ਦਾਰੂ ਵਾਲੇ ਤਾਂ ਤੁਸੀਂ ਦੇਖ ਲਓ ਵੀ 15 ਤਰੀਕ ਤੱਕ ਚਾਹੇ 10 ਢੋਅ ਲੱਗ ਜਾਣ ਇੱਕ ਉਮੀਦਵਾਰ ਦੇ, ਕਿਉਂਕਿ 16 ਨੂੰ ਕਿਸੇ ਨੇ ਬਾਤ ਨਹੀਂ ਪੁੱਛਣੀ, ਸਾਰੇ ਆਪਾਂ ਜਾਣਦੇ ਹਾਂ ਭਲੀ ਭਾਤ ਦੀ। ਬਾਕੀ ਆਹ ਜਿਹੜੀਆਂ ਰੀਤਾਂ ਨੇ, ਲੱਡੂਆਂ ਨਾਲ ਤੋਲਣਾ, ਕੇਲਿਆਂ ਨਾਲ ਤੋਲਣਾ, ਇਹ ਚੱਲੀਆਂ ਆਉਂਦੀਆਂ ਨੇ। ਇਸ ਵਾਰੀ ਮੈਂ ਇਹ ਵਾਅਦਾ ਕੀਤਾ ਸਾਡੇ ਪਿੰਡ ਦੇ ਨੌਜਵਾਨ, ਉਹ ਮੈਨੂੰ ਕਹਿੰਦੇ ਲੱਡੂਆਂ ਨਾਲ ਤੋਲਣਾ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਪੈੱਨ, ਕਾਪੀਆਂ, ਪੈਨਸਲਾਂ ਨਾਲ ਤੋਲਣਾ, ਜਾਂ ਤਾਂ ਕਿ ਕਿਸੇ ਵਿਦਿਆਰਥੀ ਦੇ ਕੰਮ ਆ ਜਾਏ ਅਤੇ ਉਹਨੂੰ ਇਹ ਚੇਟਕ ਲੱਗੇ ਵੀ ਉਮੀਦਵਾਰ ਪੈੱਨ ਕਾਪੀਆਂ ਦੇ ਨਾਲ ਵੀ ਤੋਲੇ ਜਾਂਦੇ। ਬਾਈ ਜੀ, ਮੈਂ ਵਾਰਡ ਨੰਬਰ 4 ਤੋਂ ਪੰਚੀ ਲਈ, ਜਿਹੜਾ ਪਿੰਡ ਵਾਸੀਆਂ ਵੱਲੋਂ, ਮੇਰੇ ਵਾਰਡ ਵਾਸੀਆਂ ਵੱਲੋਂ ਮੈਨੂੰ ਉਮੀਦਵਾਰ ਉਤਾਰਿਆ ਗਿਆ ਅਤੇ ਜਿਵੇਂ ਉਹਨਾਂ ਨੇ ਮੇਰੇ 'ਤੇ ਆਸਾਂ ਕਰੀਆਂ ਨੇ, ਉਮੀਦਾਂ ਲਾਈਆਂ ਨੇ ਵੀ ਜਿਹੜਾ ਇਹ ਪਿੰਡ ਦੇ ਵਿੱਚ ਵਿਕਾਸ ਕਰਵਾਊਗਾ, ਅਤੇ ਮੈਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਹੋਇਆ ਕਿ ਮੈਂ ਜੋ ਵੀ ਕਾਰਜ ਹੋਣਗੇ ਆਪਣੇ ਪਿੰਡ ਵਾਸੀਆਂ ਲਈ ਜਾਂ ਵਾਰਡ ਵਾਸੀਆਂ ਲਈ, ਉਹ ਜੋ ਵੀ ਪਹਿਲ ਦੇ ਆਧਾਰ 'ਤੇ ਕਰੂੰਗਾ, ਅਤੇ ਜਿਵੇਂ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ, ਮੈਂ ਉਹਨਾਂ ਦਾ ਵਿਸ਼ਵਾਸ 'ਤੇ ਖਰਾ ਉਤਰਨ ਦੀ ਉੱਤੇ ਖਰਾ ਉਤਰਾਂਗਾ ਅਤੇ ਉਹਨਾਂ ਦਾ ਵਿਸ਼ਵਾਸ ਕਦੇ ਵੀ ਟੁੱਟਣ ਨਹੀਂ ਦੇਵਾਂਗਾ। ਪ੍ਰਦੀਪ ਜੀ, ਗੱਲ ਅੱਜ ਨੌਜਵਾਨੀ ਪੀੜ੍ਹੀ 'ਚੋਂ ਨਵੇਂ ਨੌਜਵਾਨ ਚੁਣਨ ਦਾ ਖਾਸ ਕਾਰਨ ਇਹ ਹੁੰਦਾ ਗਾ ਕਿ ਜਿਹੜਾ ਅੱਜ ਪੰਜਾਬ ਵਿੱਚ ਸੇਵਾ ਹਰ ਨਸ਼ੇ ਦਾ ਵਗਿਆ ਵੀ ਉਹਨੂੰ ਨੱਥ ਪਈ ਜਾਂਦਾ, ਤੁਸੀਂ ਇਸ ਮੁੱਦੇ ਨੂੰ ਕਿੱਦਾਂ ਦੇਖਦੇ ਹੋ? ਦੇਖੋ ਬਾਈ ਜੀ, ਜਿਵੇਂ ਮੇਰੇ ਪਿੰਡ ਦੀ ਗੱਲ ਲਈਏ, ਮੇਰੇ ਪਿੰਡ ਦੇ ਵਿੱਚ ਤਾਂ ਨਸ਼ੇ ਦਾ ਕੋਈ ਨਾਮ ਥੇ ਹੀ ਨਹੀਂ ਹੈਗਾ ਅਤੇ ਫਿਲਹਾਲ ਮੇਰੇ ਪਿੰਡ ਹਜੇ ਸਹੀ ਹੈ। ਅਸੀਂ ਜਿਵੇਂ ਹੁਣ ਜੇ ਪਿੰਡ ਵਾਸੀਆਂ ਨੇ ਮੈਨੂੰ ਮਾਣ ਬਖਸ਼ਿਆ ਅਤੇ ਅਸੀਂ ਪਹਿਲੇ ਆਧਾਰ 'ਤੇ ਗਰਾਊਂਡ ਦਾ ਕੰਮ ਨਸ਼ਿਆਂ ਨੂੰ, ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਕਰਾਂਗੇ, ਫਿਰ ਖੇਡਾਂ ਵੱਲ ਤੋਰਾਂਗੇ, ਅਤੇ ਦੂਸਰਾ ਸਾਡਾ ਜਿਹੜਾ ਸਕੂਲ ਦੇ ਵਿੱਚ ਜਿਵੇਂ ਹੁਣ ਟੀਚਰਾਂ ਦੀ ਘਾਟ, ਉਹਨੂੰ ਪੂਰਾ ਕਰਾਂਗੇ, ਜਾਂ ਕੋਈ ਹੋਰ ਕੰਮ ਜਿਹੜੇ ਸਮਾਜ ਸੇਵੀ ਨੂੰ ਜੋੜਨ। ਤੁਸੀਂ ਕਿਹੜੇ ਪਿੰਡ ਤੋਂ? ਮੈਂ ਲੋਹੜ ਤੋਂ ਜੀ।